ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਇੱਕ ਖਾਸ ਬੁਲੇਟਨ ਦੇ ਨਾਲ ਮੈਂ ਹਰਸ਼ ਸ਼ਰਨਕੌਰ ਅੱਜ 23 ਮਈ ਐਤਵਾਰ ਹੈ ਅਤੇ ਪੰਜਾਬ ਦੇ ਵਿੱਚ ਵੀਕਐਂਡ ਲਾਕਡਾਊਨ ਦਾ ਅੱਜ ਦੂਸਰਾ ਦਿਨ ਹੈ 12ਵੀਂ ਦੇ ਪੇਪਰਾਂ ਬਾਰੇ ਅੱਜ ਅਹਿਮ ਬੈਠਕ ਹੋਣੀ ਹੈ ਕੇਂਦਰੀ ਮੰਤਰੀ ਡਾਕਟਰ ਰਮੇਸ਼ ਪੋਖਰੀਆਲ ਨਿਸ਼ਾੰਕ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਅੱਜ ਦੀ ਬੈਠਕ ਦੇ ਵਿੱਚ ਕੋਈ ਨਾ ਕੋਈ ਫੈਸਲਾ ਜ਼ਰੂਰ ਹੋਏਗਾ ਕਿ ਪੇਪਰ ਹੋਣਗੇ ਜਾਂ ਫਿਰ ਪੇਪਰ ਰੱਦ ਹੋਣਗੇ ਪੰਜਾਬ ਦੇ ਸਕੂਲਾਂ ਵਿੱਚ ਕੱਲ ਤੋਂ ਯਾਨੀ ਕਿ 24 ਮਈ ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਗਰਮੀਆਂ ਦੀਆਂ ਜਿਹੜੀਆਂ ਕਿ 23 ਜੂਨ ਤੱਕ ਰਹਿਣਗੀਆਂ ਕਿਸਾਨ ਲੀਡਰ ਬਲਬੀਰ ਸਿੰਘ ਰਾਜੀਵਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਭਾਜਪੀ ਦੇ ਪਤਨ ਦਾ ਕਾਰਨ ਬਣੇਗਾ ਕਿਸਾਨ ਮੋਰਚੇ ਵਿੱਚ ਕਰੋਨਾ ਦੇ ਕਾਰਨ ਜਿਹੜੇ ਕਿਸਾਨਾਂ ਦੀ ਮੌਤ ਦੀ ਚਰਚਾ ਹੋ ਰਹੀ ਹੈ ਉਸ ਤੇ ਵੀ ਰਾਜੀਵਾਲ ਨੇ ਸਰਕਾਰ ਨੂੰ ਚੈਲੰਜ ਕੀਤਾ ਹੈ ਕਿ ਸਾਡੇ ਮੋਰਚਿਆਂ ਦੇ ਵਿੱਚ ਸਰਕਾਰ ਦੇ ਨਾਲੋਂ ਵਧੀਆ ਪ੍ਰਬੰਧ ਨਹੀਂ ਜੇ ਇਸ ਤੋਂ ਵਧੀਆ ਪ੍ਰਬੰਧ ਸਰਕਾਰ ਕਿਤੇ ਦਿਖਾ ਦੇਵੇ ਤਾਂ ਅਸੀਂ ਜ਼ਰੂਰ ਦੇਖਣਾ ਚਾਹਾਂਗੇ ਕੇਂਦਰ ਸਰਕਾਰ ਨੇ ਕਿਹਾ ਕਿ ਭਾਰਤੀ ਵੇਰੀਐਂਟ ਦੇ ਜ਼ਿਕਰ ਵਾਲੀ ਸਮੱਗਰੀ ਸਾਰੇ ਮੀਡੀਆ ਪਲੇਟਫਾਰਮ ਜਾਂ ਸਾਰੀਆਂ ਸੋਸ਼ਲ ਮੀਡੀਆ ਜਿਹੜੀਆਂ ਆਈ ਡੀਜ਼ ਨੇ ਉਹਨਾਂ ਤੋਂ ਹਟਾ ਦਿੱਤਾ ਜਾਵੇ ਆਈਐਮਐਨ ਨੇ ਬਾਬਾ ਰਾਮਦੇਵ ਖਿਲਾਫ ਪਰਚਾ ਕਰਨ ਦੀ ਮੰਗ ਕੀਤੀ ਹੈ ਕਿ ਹੈ ਐਲੋਪੈਥੀ ਬਾਰੇ ਬਾਬਾ ਰਾਮਦੇਵ ਨੇ ਝੂਠਾ ਬਿਆਨ ਦਿੱਤਾ ਹੈ ਆਈਐਮਐਨ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਸਿਹਤ ਮੰਤਰਾਲੇ ਨੇ ਕਾਰਵਾਈ ਨਾ ਕੀਤੀ ਤਾਂ ਅਸੀਂ ਵੱਡਾ ਸੰਘਰਸ਼ ਵਿੜਾਂਗੇ ਆਈਐਮਐਫ ਯਾਨੀ ਕਿ ਕਮਾਂਤਰੀ ਮੁਦਰਾਕੋਸ਼ ਨੇ ਕਿਹਾ ਕਿ ਭਾਰਤ ਵਿੱਚ ਹਜੇ ਹੋਰ ਹਾਲਾਤ ਵਿਗੜ ਸਕਦੇ ਨੇ ਕੋਮਾਂਤਰੀ ਮੁਦਰਾਕੋਸ਼ ਨੇ ਕਰੋਨਾ ਦੀ ਦੂਸਰੀ ਲਹਿਰ ਤੋਂ ਬਾਅਦ ਇਹ ਚੇਤਾਵਨੀ ਦਿੱਤੀ ਹੈ ਸਿਹਤ ਮੰਤਰਾਲੇ ਨੇ ਕਿਹਾ ਕਿ ਪੂਰਾ ਦੇਸ਼ ਹੁਣ ਬਲੈਕ ਫੰਗਸ ਦੀ ਜਕੜ ਦੇ ਵਿੱਚ ਹੈ ਹੁਣ ਤੱਕ ਦੇਸ਼ ਭਰ ਦੇ ਵਿੱਚ 8848 ਕੇਸ ਸਾਹਮਣੇ ਆਏ ਨੇ ਪੰਜਾਬ ਦੇ ਵਿੱਚ ਵੀ 95 ਕੇਸ ਆ ਚੁੱਕੇ ਨੇ ਕੇਂਦਰ ਨੇ ਇਲਾਜ ਲਈ ਸੂਬਿਆਂ ਨੂੰ M4 ਰੀਸਨ B ਦੇ 3000 ਤੋਂ ਵੱਧ ਟੀਕੇ ਭੇਜ ਦਿੱਤੇ ਨੇ ਗੁਜਰਾਤ ਵਿੱਚ ਸਭ ਤੋਂ ਵੱਧ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ ਹੈ ਕਿ ਸਾਬਤ ਕਰਕੇ ਦਿਖਾ ਦਿਓ ਜੇ ਮੇਰੀ ਕਿਸੇ ਵੀ ਹੋਰ ਪਾਰਟੀ ਦੇ ਲੀਡਰ ਨਾਲ ਕੋਈ ਮੀਟਿੰਗ ਹੋਈ ਹੈ ਜਾਂ ਫਿਰ ਕੋਈ ਗੱਲਬਾਤ ਹੋਈ ਹੈ ਆਮ ਆਦਮੀ ਪਾਰਟੀ ਨੇ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਤਿੰਨੇ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ ਕਿਸਾਨ ਆਗੂਆਂ ਨਾਲ ਪ੍ਰਧਾਨ ਮੰਤਰੀ ਖੁਦ ਗੱਲ ਕਰਨ ਇਹ ਕਿਹਾ ਭਗਵੰਤ ਮਾਨ ਨੇ ਬਠਿੰਡਾ ਦੇ ਪਿੰਡ ਬੀੜਤਲਾਬ ਦੇ ਗੁਰਦੁਆਰੇ ਵਿੱਚ ਕੀਤੀ ਗਈ ਵਿਵਾਦਿਤ ਅਰਦਾਸ ਪੰਜਾਬ ਦਾ ਮਾਹੌਲ ਵਿਗਾੜਨ ਦੀ ਸਾਜ਼ਿਸ਼ ਕਰਾਰ ਦਿੱਤੀ ਹੈ ਸੰਗਰੂਰ ਦੇ ਵਿੱਚ ਹੋਈ ਮੀਟਿੰਗ ਦੌਰਾਨ ਸਿੱਖ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਜਥੇਦਾਰ ਨੇ ਤਾਂ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਪੰਜ ਪਿਆਰਿਆਂ ਨੇ ਡੇਰਾ ਮੁਖੀ ਦੀ ਪੈਰੋਲ ਦੀ ਨਿਖੇਦੀ ਕੀਤੀ ਸੰਗਰੂਰ ਵਿੱਚ ਸਿੱਖ ਜਥੇਬੰਦੀਆਂ ਦੀ ਹੋਈ ਬੈਠਕ ਦੇ ਵਿੱਚ ਕਿਹਾ ਗਿਆ ਹੈ ਕਿ ਸਿੱਖ ਪੰਥ ਚੋ 6 ਘੇੜੇ ਰਾਮੁਕੀ ਤੇ ਕਿਸਾਨ ਵਿਰੋਧੀ ਪ੍ਰਧਾਨ ਮੰਤਰੀ ਦੇ ਹੱਕ ਵਿੱਚ ਅਰਦਾਸ ਕਰਨੀ ਪੰਜਾਬ ਦਾ ਮਾਹੌਲ ਵਿਗਾੜਨ ਤੇ ਸਿੱਖ ਪੰਥ ਵਿੱਚ ਵੱਡੀਆਂ ਵੰਡੀਆਂ ਪਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ ਇਸ ਦੀ ਢੁਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਸਿੱਖ ਕੌਮ ਦੇ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਡੇਰਾ ਮੁਖੀ ਨੂੰ ਸਜ਼ਾ ਦੇਣ ਵਾਲੇ ਜੱਜ ਨੂੰ ਅਸੀਂ ਸਨਮਾਨਿਤ ਕਰਾਂਗੇ। ਰਾਮ ਰਹੀਮ ਨੂੰ ਸਜ਼ਾ ਦੇਣ ਵਾਲੇ ਸੀਬੀਆਈ ਅਦਾਲਤ ਦੇ ਜੱਜ ਜਲਦੀਪ ਸਿੰਘ ਨੂੰ ਟੁਕਵੇਂ ਸਮੇਂ ਦੇ ਇਨਸਾਫ ਪੁਰਸਕਾਰ 골ਡ ਮੈਡਨ ਨਾਲ ਸਨਮਾਨਿਤ ਕੀਤਾ ਜਾਵੇਗਾ। ਦਾਦੂਵਾਲ ਨੇ ਕਿਹਾ ਫਿਲਹਾਲ ਜੱਜ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਪਰ ਜਿਸ ਵਕਤ ਉਹ ਸੇਵਾ ਮੁਕਤ ਹੋਣਗੇ ਉਹਨਾਂ ਨੂੰ ਇਨਸਾਫ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਤਾਉਤੇ ਤੂਫਾਨ ਦੀ ਲਪੇਟ ਵਿੱਚ ਆ ਕੇ ਪੰਜਾਬ ਦੇ ਵੀ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਗੁਰਦਾਸਪੁਰ ਦੇ ਕਾਦੀਆਂ ਨੇੜਲੇ ਪਿੰਡ ਭਰਤ ਦੇ ਦੋ ਨੌਜਵਾਨਾਂ ਦੀ ਮੁੰਬਈ ਦੇ ਵਿੱਚ ਮੌਤ ਹੋ ਗਈ ਹੈ। ਮਨਜੀਤ ਸਿੰਘ 35 ਸਾਲ ਤੇ ਕੁਲਵਿੰਦਰ ਸਿੰਘ 45 ਸਾਲ ਪਿੰਡ ਭਰਤ ਵਾਸੀ 6 ਮਹੀਨੇ ਪਹਿਲਾਂ ਇੱਕ ਕੰਪਨੀ ਰਾਹੀਂ ਸਮੁੰਦਰੀ ਜਹਾਜ਼ ਵਿੱਚ ਕੰਮ ਕਰਨ ਲਈ ਮੁੰਬਈ ਗਏ ਸੀ। ਜੰਗੀ ਵੇੜਾ ਤੂਫਾਨ ਦੀ ਲਪੇਟ ਵਿੱਚ ਆਇਆ ਸੀ ਤੇ ਡੁੱਬ ਗਿਆ ਸੀ ਤੇ ਇਸ ਘਟਨਾ ਵਿੱਚ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਵੀ ਪਿੰਡ ਪਹੁੰਚ ਗਈਆਂ ਨੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਦੋਵੇਂ ਨੌਜਵਾਨ ਆਪਣੇ ਘਰਾਂ ਵਿੱਚ ਇਕੱਲੇ ਹੀ ਕਮਾਉਣ ਵਾਲੇ ਸੀ ਆਪਣੇ ਪਿੱਛੇ ਛੋਟੇ ਬੱਚੇ ਤੇ ਪਤਨੀਆਂ ਛੱਡ ਗਏ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਪਰਿਵਾਰ ਵਿੱਚ ਹੁਣ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਇਸ ਲਈ ਸਰਕਾਰ ਉਹਨਾਂ ਦੀ مالی ਮਦਦ ਕਰੇ ਤੇ ਕੋਈ ਰੋਜ਼ਗਾਰ ਮੁਹੱਈਆ ਕਰਵਾਏ ਦਿੱਲੀ ਵਿੱਚ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੇ ਮੋਰਚਿਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਕਿਸਾਨਾਂ ਵੱਲੋਂ ਮੋਰਚੇ ਤੇ ਹੁਣ ਨਵੇਂ ਸਿਰੇ ਤੋਂ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਤੂਫਾਨ ਕਾਰਨ ਕਿਸਾਨਾਂ ਦੇ ਟੈਂਟ ਵੀ ਓਖੜ ਗਏ ਸੀ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਸੂਬੇ ਦੇ ਸਾਰੇ ਸਰਕਾਰੀ ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 23 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ 24 ਮਈ ਤੋਂ 23 ਜੂਨ ਤੱਕ ਹਾਲਾਂਕਿ 31 ਮਈ ਤੱਕ ਕਰੋਨਾ ਦੇ ਕਾਰਨ ਪਹਿਲਾਂ ਹੀ ਸੂਬੇ ਦੇ ਸਾਰੇ ਵਿਦਿਅਕ ادارے ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਦੱਸਿਆ ਕਿ ਮਹਾਮਾਰੀ ਕਾਰਨ ਭਾਵੇਂ ਵਿਦਿਅਕ ਸੰਸਥਾਾਂ ਮਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਸੀ ਪਰ ਸਟਾਫ ਹਲੇ ਆਉਂਦਾ ਸੀ ਪਰ ਗਰਮੀ ਦੀਆਂ ਛੁੱਟੀਆਂ ਕਾਰਨ ਹੁਣ 24 ਮਈ ਤੋਂ 23 ਜੂਨ ਤੱਕ ਸਟਾਫ ਨੂੰ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸਕੂਲ ਪੂਰੀ ਤਰ੍ਹਾਂ ਦੇ ਨਾਲ ਬੰਦ ਰਹਿਣਗੇ 12ਵੀਂ ਦੇ ਬੋਰਡ ਦੇ ਪੇਪਰਾਂ ਬਾਰੇ ਫੈਸਲਾ ਐਤਵਾਰ ਨੂੰ ਹੋ ਜਾਏਗਾ ਸਿੱਖਿਆ ਮੰਤਰਾਲਾ ਇੱਕ ਮੀਟਿੰਗ ਕਰੇਗਾ ਇਸ ਦੀ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਡਾਕਟਰ ਰਮੇਸ਼ ਪੋਖਰੀਆਲ ਨਿਸ਼ੰਕ ਨੇ ਦਿੱਤੀ ਹੈ ਕਿ ਸਿੱਖਿਆ ਮੰਤਰਾਲਾ 12ਵੀਂ ਜਮਾਤ ਦੇ ਪੱਕੇ ਪੇਪਰਾਂ ਦੇ ਮੁੱਦੇ ਤੇ ਐਤਵਾਰ ਨੂੰ ਮੀਟਿੰਗ ਕਰੇਗਾ 12ਵੀਂ ਦੇ ਪੇਪਰ ਮੁਲਤਵੀ ਕਰ ਦਿੱਤੇ ਗਏ ਸੀ ਤੇ 10ਵੀਂ ਦੇ CBSE ਨੇ ਰੱਦ ਹੀ ਕਰ ਦਿੱਤੇ ਸੀ ਹੁਣ ਇੱਕ ਦਿਨ ਦੀ ਉਡੀਕ ਰਹਿ ਗਈ ਆ ਜਾਂ ਕਹਿ ਲਈ ਕਿ ਕੁਝ ਘੰਟਿਆਂ ਦੀ ਉਡੀਕ ਹੈ ਜਿਹੜੀ ਉਹ ਰਹਿ ਗਈ ਹੈ ਤੇ ਜਲਦੀ ਹੀ 12ਵੀਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਪੇਪਰ ਹੋਣੇ ਆ ਜਾਂ ਹੋਰ ਮੁਲਤਵੀ ਹੋਣੇ ਆ ਜਾਂ ਫਿਰ ਰੱਦ ਹੋਣੇ ਨੇ ਕੇਂਦਰੀ ਮੰਤਰੀ ਨਿਸ਼ੰਕ ਨੇ ਕਿਹਾ ਹੈ ਕਿ ਉੱਚ ਪੱਧਰੀ ਮੀਟਿੰਗ ਹੈ ਜਿਹੜੀ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਦੇ ਵਿੱਚ ਹੋਵੇਗੀ 23 ਮਈ ਨੂੰ ਸਵੇਰੇ 11:30 ਵਜੇ ਦੇ ਕਰੀਬ ਇਹ ਮੀਟਿੰਗ ਹੋਵੇਗੀ ਜਿਸ ਤੇ ਵਿੱਚ ਵੱਖ-ਵੱਖ ਸੂਬਿਆਂ ਦੇ ਜਿਹੜੇ ਸਿੱਖਿਆ ਮੰਤਰੀ ਤੇ ਸਕੱਤਰ ਸ਼ਾਮਿਲ ਹੋ ਕੇ ਆਪੋ ਆਪਣੇ ਵਿਚਾਰ ਦੇਣਗੇ ਫਿਰ ਕੋਈ ਫੈਸਲਾ ਸਾਂਝੇ ਤੌਰ ਤੇ ਲਿਆ ਜਾਵੇਗਾ ਸ਼੍ਰੀ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕੰਢ ਦੀ ਜਾਂਚ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸਿੱਧਾ ਮੋਰਚਾ ਖੋਲਣ ਵਾਲੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਮੋੜ ਇੱਕ ਟਵੀਟ ਕੀਤਾ ਹੈ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਦਾਵਾ ਕੀਤਾ ਹੈ ਕਿ ਮੈਂ ਕਾਂਗਰਸ ਵਿੱਚ ਹੀ ਹਾਂ ਤੇ ਇਸੇ ਪਾਰਟੀ ਵਿੱਚ ਰਹਾਂਗਾ ਸਿੱਧੂ ਨੇ ਸਾਫ਼ ਕਹਿ ਦਿੱਤਾ ਹੈ ਕਿ ਮੈਂ ਗਾਂਧੀ ਪਰਵਾਰ ਦਾ ਵਫਾਦਾਰ ਹਾਂ ਤੇ ਰਹਾਂਗਾ ਸਿੱਧੂ ਨੇ ਕੈਪਟਨ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਮੈਂ ਕਿਸੇ ਵੀ ਹੋਰ ਪਾਰਟੀ ਦੇ ਲੀਡਰ ਦੇ ਨਾਲ ਸੰਪਰਕ ਕੀਤਾ ਹੋਵੇ ਜਾਂ ਫਿਰ ਕਿਸੇ ਨਾਲ ਮੀਟਿੰਗ ਕੀਤੀ ਹੋਵੇ ਤਾਂ ਮੁੱਖ ਮੰਤਰੀ ਸਾਬਤ ਕਰਕੇ ਦਿਖਾ ਦੇਣ ਟਵੀਟ ਦੀਆਂ ਜਿਹੜੀਆਂ ਇਨ ਬਿਨ ਲਾਈਨਾਂ ਨੇ ਸਾਬਤ ਕਰਕੇ ਦਿਖਾਓ ਜੇ ਮੈਂ ਇੱਕ ਵੀ ਬੈਠਕ ਕਿਸੇ ਹੋਰ ਪਾਰਟੀ ਦੇ ਲੀਡਰ ਨਾਲ ਕੀਤੀ ਹੋਵੇ ਮੈਂ ਅਜ ਤੱਕ ਕਿਸੇ ਤੋਂ ਕੋਈ ਵੀ ਅਹੁਦਾ ਨਹੀਂ ਮੰਗਿਆ ਮੇਰੀ ਇੱਕੋ ਇੱਕ ਮੰਗ ਪੰਜਾਬ ਦੀ ਖੁਸ਼ਹਾਲੀ ਹੈ ਮੈਨੂੰ ਬਹੁਤੀ ਵਾਰ ਸੱਦ ਕੇ ਕੈਬਨਿਟ ਦੇ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੈਂ ਆਪਣੀ ਜ਼ਮੀਰ ਦੇ ਵਿਰੁੱਧ ਕੁਝ ਵੀ ਕਬੂਲ ਨਹੀਂ ਕੀਤਾ ਹੁਣ ਸਾਡੀ ਮਾਨਯੋਗ ਹਾਈ ਕਮਾਂਡ ਨੇ ਦਖਲ ਦੇ ਦਿੱਤਾ ਅਸੀਂ ਉਡੀਕ ਕਰਾਂਗੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ ਪਹੁੰਚ ਕੇ ਪ੍ਰੈਸ ਕਾਨਫਰੰਸ ਕੀਤੀ ਪਿਛਲੇ ਦਿਨੀ ਸਿੰਗੂ ਬਾਰਡਰ ਤੇ ਦੋ ਕਿਸਾਨਾਂ ਦੀ ਹੋਈ ਮੌਤ ਦੇ मामले ते ਰਾਜੇਵਾਲ ਨੇ ਕਿਹਾ ਕਿ ਸਰਕਾਰ ਨੇ ਇੱਕ ਕਿਸਾਨ ਦਾ ਪੋਸਟਮਾਰਟਮ ਕਰਕੇ ਉਸ ਦੀ ਰਿਪੋਰਟ ਦੇ ਵਿੱਚ ਕਰੋਨਾ ਪੋਜ਼ਿਟਿਵ ਲਿਖ ਦਿੱਤਾ ਖੁਲਾਸਾ ਕੀਤਾ ਕਿ ਦੂਸਰੇ ਕਿਸਾਨ ਦੀ ਰਿਪੋਰਟ ਦੇ ਵਿੱਚ ਵੀ ਉਹਨਾਂ ਵੱਲੋਂ ਕਰੋਨਾ ਪੋਜ਼ਿਟਿਵ ਲਿਖਣ ਦੀ ਤਿਆਰੀ ਸੀ ਪਰ ਸਾਡੇ ਉੱਥੇ ਪਹੁੰਚਣ ਤੋਂ ਬਾਅਦ ਉਹ ਰਿਪੋਰਟ ਦੇ ਵਿੱਚ ਕਰੋਨਾ ਪੋਜ਼ਿਟਿਵ ਲਿਖ ਨਹੀਂ ਸਕੇ ਰਾਜੇਵਾਲ ਨੇ ਕਿਹਾ ਕਿ WHO ਨੇ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਕੋਵਿਡ ਕੇਸ ਦੇ ਵਿੱਚ Laash ਦਾ ਪੋਸਟਮਾਰਟਮ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਨੇ WHO ਦੀਆਂ ਹਦਾਇਤਾਂ ਦੀ ਫਿਰ ਉਲੰਘਣਾ ਕੀਤੀ ਹੈ ਜੇ ਕਿਸਾਨ ਨੂੰ ਕਰੋਨਾ ਸੀ ਤਾਂ ਉਸ ਦਾ ਪੋਸਟਮਾਰਟਮ ਕਿਉਂ ਕੀਤਾ ਗਿਆ ਜੇ WHO ਦੀਆਂ ਹਦਾਇਤਾਂ ਮੰਨੀਆਂ ਨੇ ਤਾਂ ਫਿਰ ਉਸ ਦੀ ਰਿਪੋਰਟ ਦੇ ਵਿੱਚ ਪੋਜ਼ਿਟਿਵ ਕਿਉਂ ਲਿਖਿਆ ਗਿਆ ਰਾਜੀਵਾਲ ਨੇ ਕਿਸਾਨ ਧਰਨੇ ਵਿੱਚ ਕੋਵਿਡ ਬਚਾ ਲਈ ਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਕਿ ਹਾਂ ਕਿ ਅਸੀਂ ਕਿਸਾਨ ਧਰਨੇ ਵਿੱਚ ਜਿੰਨਾ ਵਧੀਆ ਕੋਵਿਡ ਤੋਂ ਬਚਾ ਲਈ ਪ੍ਰਬੰਧ ਕੀਤਾ ਹੈ ਉਸ ਤਰ੍ਹਾਂ ਸਰਕਾਰ ਪੂਰੇ ਦੇਸ਼ ਦੇ ਵਿੱਚ ਵੀ ਨਹੀਂ ਕਰ ਸਕੀ ਅਸੀਂ ਅੰਦੋਲਨ ਵਿੱਚ ਸਾਰੇ ਕਿਸਾਨਾਂ ਨੂੰ ਕਾੜਾ ਦਿੰਦੇ ਹਾਂ ਰੋਜ਼ਾਨਾ ਹਰ ਲੰਗਰ ਦੇ ਵਿੱਚ ਕਾੜਾ ਬਣਦਾ ਹੈ ਕਿਸਾਨਾਂ ਨੂੰ ਵਾਜਾ ਮਾਰ ਮਾਰ ਕੇ ਕਾੜਾ ਪਿਆਇਆ ਜਾਂਦਾ ਹੈ ਜੇ ਕੋਈ ਨਵੀਂ ਪੀਣਾ ਚਾਹੁੰਦਾ ਅਸੀਂ ਉਹਨੂੰ ਵੀ ਧੱਕੇ ਨਾਲ ਪਲਾਉਂਦੇ ਹਾਂ ਸਾਰਿਆਂ ਦੀ ਸਿਹਤ ਦਾ ਧਿਆਨ ਰੱਖਦੇ ਹਾਂ ਲੱਖਾਂ ਰੁਪਈਆਂ ਦੀਆਂ ਦਵਾਈਆਂ ਰੋਜ਼ ਵੰਡੀਆਂ ਜਾਂਦੀਆਂ ਨੇ ਰੋਜ਼ ਵਿਟਾਮਿਨ ਨੇ ਜਿਹੜੇ ਉਹ ਕਿਸਾਨਾਂ ਨੂੰ ਖੁਆਏ ਜਾਂਦੇ ਨੇ ਰਾਜਵਾਲ ਨੇ ਸਰਕਾਰ ਨੂੰ ਸਵਾਲ ਪੁੱਛਦਿਆਂ ਕਿ ਹੈ ਕਿ ਕੀ ਸਰਕਾਰ ਨੇ ਲੋਕਾਂ ਦੇ ਲਈ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਵੀ ਕੀਤਾ ਹੈ ਜੇ ਕੀਤਾ ਤਾਂ ਸਾਨੂੰ ਦਿਖਾ ਦਿਓ ਅਸੀਂ ਹੁਣ ਤੱਕ ਇੱਕ ਉਥੇ ਹਸਪੀਟਲ ਹੈ 10 ਮਿੰਟ ਦਾ ਬਕਾਇਦਾ ਮਨਜ਼ੂਰੀ ਲੈ ਕੇ ਉਥੇ 10 ਆਕਸੀਜਨ ਦੇ ਸਿਲੰਡਰ ਰੱਖੇ ਹੋਏ ਨੇ ਬਲਕਿ ਰੀਸੈਂਟਲੀ ਹਰਿਆਣਾ ਦੀ ਵੀ ਸਰਕਾਰ ਤੋਂ 20 ਸਿਲੰਡਰਾਂ ਦੀ ਪਰਮਿਸ਼ਨ ਲੈ ਕੇ ਇੱਕ ਹੋਰ ਹਸਪੀਟਲ ਨੂੰ ਅਸੀਂ ਆਪਣੇ ਕੋਲੋਂ ਦਿੱਤੇ ਹੋਏ ਆ ਆਪਣੀ ਕੋਸਟ ਤੇ ਦਿੱਤੇ ਹੋਏ ਆ ਲੱਖਾਂ ਰੁਪਏ ਦਾ ਕਾੜਾ ਹਰ ਰੋਜ਼ ਬਿਲਾ ਨਗਾ ਅਸੀਂ ਧੱਕੇ ਨਾਲ ਸਾਰੇ ਜਿੰਨੇ ਉੱਥੇ ਅੰਦੋਲਨਕਾਰੀ ਬੈਠੇ ਨੇ ਸਵੇਰੇ ਉਹਨਾਂ ਨੂੰ ਕਾੜਾ ਪਲੋਉਂਦੇ ਆ ਔਰ ਲੱਖਾਂ ਰੁਪਏ ਦੀਆਂ ਅਸੀਂ ਦਵਾਈਆਂ ਵਿਟਾਮਿਨ A C D ਡੋਲੋ ਇਹ ਗੋਲੀਆਂ ਸਾਰੀਆਂ ਅਸੀਂ ਰੋਜ਼ ਵੰਡਦੇ ਆ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸਾਰਿਆਂ ਨੂੰ ਵਿਟਾਮਿਨ ਡੀ ਬਕਾਇਦਾ ਹਫ਼ਤਾਵਾਰ ਦਿੱਤਾ ਜਾਂਦਾ ਹੈ ਸਦਾ ਖਿਆਲ ਰੱਖਿਆ ਜਾਂਦਾ ਹੈ ਹਰ ਲੰਗਰ ਵਿੱਚ ਹਰ ਰੋਜ਼ ਕੜਾ ਤਿਆਰ ਕਰਕੇ ਸਾਰਿਆਂ ਨੂੰ ਆਵਾਜ਼ ਮਾਰ ਕੇ ਬੁਲਾਇਆ ਜਾਂਦਾ ਹੈ ਇਹ ਸਰਕਾਰ ਨੇ ਕਿਤੇ ਕੀਤਾ ਹੈ ਸਰਕਾਰ ਦੱਸੇ ਪੰਜਾਬ ਦੇ ਕਿਸੇ ਸ਼ਹਿਰ 'ਚ ਜਾਂ ਕਿਸੇ ਪਿੰਡ ਵਿੱਚ ਕਿਤੇ ਵੀ ਇਹਨਾਂ ਨੇ ਕਿਸੇ ਨੂੰ ਕੋਈ ਫ੍ਰੀ ਦਵਾਈ ਦਿੱਤੀ ਹੈ ਲੋਕਾਂ ਦੇ ਬਚਾਅ ਦੇ ਸਾਧਨ ਸਰਕਾਰ ਨੇ ਆਪਣੇ ਕੋਲੋਂ ਕਿਤੇ ਪ੍ਰੋਵਾਈਡ ਕੀਤੇ ਆ ਚੁੱਪ ਬੋਲਣ ਨੂੰ ਵੀ ਨਹੀਂ ਰਾਜੀਵਾਲ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂ ਕਹਿ ਲੇ ਕਿ ਕੇਂਦਰ ਸਰਕਾਰ ਨੂੰ ਜਿਹੜੀ ਮੁਰ ਤੋਂ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕਿਸਾਨ ਲੀਡਰਾਂ ਨੇ ਕੀਤੀ ਹੈ ਉਸ ਨੂੰ ਮੁਰ ਦੁਹਰਾਇਆ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਸਿੰਘੂ ਬਾਰਡਰ ਤੇ ਕਿਸਾਨ ਲੀਡਰਾਂ ਨੇ ਐਲਾਨ ਕੀਤਾ ਹੈ ਕਿ ਪੁਲਿਸ ਨੇ ਜੋ ਕਿਸਾਨਾਂ ਤੇ ਹਮਲੇ ਕੀਤੇ ਹਰਿਆਣਾ ਦੇ ਵਿੱਚ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਉਹ 24 ਮਈ ਨੂੰ ਹਿਸਾਰ ਦੇ ਵਿੱਚ ਪ੍ਰਦਰਸ਼ਨ ਕਰਨਗੇ ਯਾਨੀ ਕਿ ਸੋਮਵਾਰ ਨੂੰ ਪ੍ਰਦਰਸ਼ਨ ਕਰਨਗੇ ਕਿਸਾਨ ਕਹਿੰਦੇ ਨੇ ਕਿ ਹਿਸਾ ਹਰਿਆਣਾ ਦੇ ਹਿਸਾਬ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਤੇ ਪੁਲਿਸ ਨੇ ਬੇਰਹਿਮੀ ਦੇ ਨਾਲ ਲਾਠੀ ਚਾਰਜ ਕੀਤਾ ਸੀ ਬਹੁਤ ਸਾਰੇ ਕਿਸਾਨ ਜ਼ਖਮੀ ਵੀ ਹੋਏ ਬਹੁਤ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਦਿਨ ਕਿਸਾਨਾਂ ਦੇ ਭਾਰੀ ਵਿਰੋਧ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਖਿਲਾਫ ਕੋਈ ਵੀ ਕੇਸ ਦਰਜ ਨਾ ਕਰਨ ਦਾ ਫੈਸਲਾ ਲਿਆ ਸੀ ਪਰ ਬਾਅਦ ਚ ਪੁਲਿਸ ਨੇ 350 ਤੋਂ ਵੱਧ ਕਿਸਾਨਾਂ ਦੇ ਖਿਲਾਫ ਪੁਲਿਸ ਕੇਸ ਦਰਜ ਕੀਤੇ ਸੀ ਮੁੱਖ ਮੰਤਰੀ ਨੇ ਕਰੋਨਾ ਨਿਯਮਾਂ ਦੀ ਖਿਲਾਫਤ ਕਰਦਿਆਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਸੀ ਤੇ ਹੁਣ ਹਰਿਆਣਾ ਦੀ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਹਿਸਾਰ ਕਮਿਸ਼ਨਰੇਟ ਦਾ 24 ਮਈ 2021 ਨੂੰ ਕਿਰਾਉ ਕਰਨਗੇ ਸਵੇਰੇ 10 ਵਜੇ ਕਿਸਾਨ ਕ੍ਰਾਂਤੀਮਾਨ ਪਾਰਕ ਦੇ ਵਿੱਚ ਬੈਠਣਗੇ ਇੱਥੇ ਇਕੱਠੇ ਹੋਣਗੇ ਤੇ ਸੰਯੁਕਤ ਕਿਸਾਨ ਮੋਰਚੇ ਨੇ ਆਸ-ਪਾਸ ਦੇ ਕਿਸਾਨਾਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਕਿਸਾਨਾਂ ਦੀ ਮੰਗ ਹੈ ਕਿ ਕਿਸਾਨਾਂ ਤੇ ਜੋ लाਠੀ ਚਾਰਜ ਹੋਇਆ ਹੈ ਅਨਮਨੁੱਖੀ ਤਰੀਕੇ ਦੇ ਨਾਲ ਅਥਰੂ ਗੈਸ ਪੱਥਰਬਾਜ਼ੀ ਕਰਨ ਵਾਲੇ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਉਹਨਾਂ ਨੂੰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਕੋਵਿਡ ਗਾਈਡਲਾਈਨਸ ਨੂੰ ਦਰਕਿਨਾਰ ਕਰਦਿਆਂ ਹੋਇਆਂ ਇਸ ਪ੍ਰੋਗਰਾਮ ਨੂੰ ਕਰਵਾਉਣ ਵਾਲੇ ਮੁੱਖ ਮੰਤਰੀ ਖੱਟਰ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਇਸ ਦੇ ਨਾਲ ਕਿਸਾਨਾਂ ਨੇ ਵੀ ਐਲਾਨ ਕੀਤਾ ਹੈ ਕਿ 26 ਮਈ ਨੂੰ ਕਿਸਾਨ ਅੰਦੋਲਨ ਦੇ ਵਿੱਚ ਬੁੱਧ ਪੂਰਨਵਾ ਵੀ ਮਨਾਇਆ ਜਾਵੇਗੀ ਤੇ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਅਤੇ ਮੋਦੀ ਸਰਕਾਰ ਨੂੰ 7 ਸਾਲ ਪੂਰੇ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 26 ਮਈ ਨੂੰ ਵਿਰੋਧ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੁਕਾਨਾਂ ਵਾਨਾਂ ਸਮੇਤ ਸੋਸ਼ਲ ਮੀਡੀਆ ਤੇ ਕਾਲੇ ਝੰਡੇ ਲਾ ਕੇ ਕਿਸਾਨ ਵਿਰੋਧੀ ਲੋਕ ਵਿਰੋਧੀ ਮੋਦੀ ਸਰਕਾਰ ਦਾ ਵਿਰੋਧ ਕਰਨ ਤੇ ਮੋਦੀ ਸਰਕਾਰ ਦੇ ਪੁਤਲੇ ਵੀ ਸਾੜਨ 23 ਮਈ ਦਿਨ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਬੈ ਸਿੰਘ ਸੰਧੂ ਨੂੰ ਵੀ ਸ਼ਰਧਾਂਜਲੀਆ ਪੇਂਟ ਕੀਤੀਆਂ ਜਾਣਗੀਆਂ ਕਿਸਾਨਾਂ ਦੇ ਵੱਲੋਂ ਜਿਨ੍ਹਾਂ ਦੀ ਪਿਛਲੇ ਦਿਨੀ ਕਰੋਨਾ ਦੇ ਨਾਲ ਮੌਤ ਹੋ ਗਈ ਹੈ ਤੋਂ ਕਿਸਾਨਾ ਨੇਤਾ 26 ਮਈ ਨੂੰ ਜਦੋਂ ਮੋਦੀ ਸਰਕਾਰ ਦੇ 7 ਸਾਲ ਵੀ ਪੂਰੇ ਹੋਣੇ ਨੇ ਉਸ ਨੂੰ ਕਾਲੇ ਦਿਵਸ ਦੇ ਵਜੋਂ ਵਿਰੋਧੀ ਦਿਵਸ ਦੇ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ਉੱਥੇ ਹੀ ਭਾਜਪਾ ਦੇ ਜਿਹੜੇ ਕੌਮੀ ਪ੍ਰਧਾਨ ਜੇਪੀ ਨੱਡਾ ਹੈਗੇ ਨੇ ਉਹਨਾਂ ਨੇ 30 ਮਈ ਨੂੰ ਭਾਜਪਾ ਦੀ ਜਿਹੜੀ 7ਵੀਂ ਬਰੇਗੰਡ ਮੌਕੇ ਕਿਹਾ ਹੈ ਕਿ ਇਸ ਮੌਕੇ ਅਨਾਥ ਬੱਚਿਆਂ ਦੇ ਲਈ ਜਿਹੜੇ ਕਰੋਨਾ ਦੇ ਕਾਰਨ ਅਨਾਥ ਹੋ ਗਏ ਨੇ ਉਹਨਾਂ ਦੇ ਲਈ ਵੱਡੇ ਐਲਾਨ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਜਾਣਗੇ ਇਸੇ ਦਰਮਿਆਨ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਾਰੇ ਲੋਕਾਂ ਨੂੰ ਜਾਤ ਪਾਤ ਤੋਂ ਉੱਤੇ ਉੱਠ ਕੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਚੜੂਨੀ ਨੇ ਕਿਹਾ ਕਿ ਜ਼ਿਲ੍ਹਾ ਪਾਣੀਪਤ ਦੇ ਪ੍ਰਧਾਨ ਸੁਧੀਰ ਜਾਖੜ ਨੇ ਇੱਕ ਵੀਡੀਓ ਪਾਈ ਸੀ ਜਿਸ ਨਾਲ ਰੋਡ ਬਰਾਦਰੀ ਤੇ ਗੁੱਜਰ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਹਾਲਾਂਕਿ ਕੇ ਬਾਅਦ ਵਿੱਚ ਉਸਨੇ ਮਾਫੀ ਮੰਗ ਲਈ ਸੀ ਚੜੂਨੀ ਨੇ ਦੋਵੇਂ ਭਾਈਚਾਰਿਆਂ ਤੋਂ ਮਾਫੀ ਵੀ ਮੰਗੀ ਕਿ ਹੈ ਕਿ ਅਸੀਂ ਦੋਵੇਂ ਬਰਾਦਰੀਆਂ ਦੀ ਇੱਜ਼ਤ ਕਰਦੇ ਹਾਂ ਦੋਵੇਂ ਕ੍ਰਾਂਤੀਕਾਰੀ ਬਰਾਦਰੀਆਂ ਨੇ ਅਸੀਂ ਸਭ ਨੂੰ ਇੱਕ ਜੁਟ ਰਹਿਣ ਦੀ ਅਪੀਲ ਕਰਦੇ ਹਾਂ ਪੰਜਾਬ ਦੀਆਂ ਕੁਝ ਕਰੋਨਾ ਅਪਡੇਟਸ ਤੁਹਾਨੂੰ ਦੱਸ ਦਿੰਨੇ ਹਾਂ ਫਾਜ਼ਲਕਾ ਤੋਂ ਖਬਰ ਹੈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੋਵਿਡ-19 ਮਰੀਜ਼ਾਂ ਦੇ ਇਲਾਜ ਦੇ ਲਈ ਵਾਧੂ ਖਰਚਾ ਵਸੂਲ ਕੇ ਫਾਇਦਾ ਚੁੱਕਣ ਵਾਲੇ ਹਸਪਤਾਲਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ ਡੀਸੀ ਹਰੀਸ਼ ਨਾਇਰ ਨੇ ਕਿਹਾ ਕਿ ਜੇਕਰ ਕੋਈ ਵੀ ਹਸਪਤਾਲ ਜਾਂ ਡਾਕਟਰ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਸੋਸ਼ਣ ਕਰਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਐਪੀਡੈਮਿਕ ਡਿਜ਼ੀਜ਼ ਐਕਟ ਦੇ ਤਹਿਤ ਉਹਨਾਂ ਖਿਲਾਫ ਕਾਰਵਾਈ ਕਰੇਗਾ ਸਰਕਾਰ ਕੋਲ ਅਜਿਹੇ ਹਸਪਤਾਲਾਂ ਨੂੰ ਬੰਦ ਕਰਨ ਤੇ ਆਪਣੇ ਕੰਟਰੋਲ ਹੇਠ ਲੈਣ ਦਾ ਅਧਿਕਾਰ ਹੈ ਮੋਗਾ ਪ੍ਰਸ਼ਾਸਨ ਨੇ ਪਿੰਡਾਂ ਨੂੰ ਕਰੋਨਾ ਮੁਕਤ ਕਰਨ ਦੇ ਲਈ ਨਵੀਂ ਮੁਹਿੰਮ ਚਲਾਈ ਹੈ ਇਸ ਮੁਹਿੰਮ ਦੇ ਤਹਿਤ ਮੋਗਾ ਦੇ ਵੱਖ-ਵੱਖ ਪਿੰਡਾਂ ਦਾ ਸਰਵੇ ਕੀਤਾ ਜਾਏਗਾ ਆਸ਼ਾ ਵਰਕਰਾਂ ਘਰ-ਘਰ ਜਾ ਕੇ ਸਰਵੇ ਕਰਨਗੇ ਆਸ਼ਾ ਵਰਕਰਾਂ ਬਿਮਾਰ ਲੋਕਾਂ ਦਾ ਡਾਟਾ ਇਕੱਠਾ ਕਰਨਗੇ ਕਿ ਕਿਹੜੇ ਘਰ ਵਿੱਚ ਕਿੰਨੇ ਲੋਕ ਬਿਮਾਰ ਨੇ ਫਿਰ ਇਸ ਸਿਹਤ ਵਿਭਾਗ ਨੂੰ ਦਿੱਤਾ ਜਾਏਗਾ ਇਸ ਡਾਟਾ ਦੇ ਆਧਾਰ ਤੇ ਬਿਮਾਰ ਲੋਕਾਂ ਦੀ ਜਾਂਚ ਸਿਹਤ ਵਿਭਾਗ ਕਰੇਗਾ ਜਿਸ ਨਾਲ ਬਿਮਾਰੀ ਨੂੰ ਸ਼ੁਰੂਆਤ ਵਿੱਚੋਂ ਹੀ ਵਧਣ ਤੋਂ ਰੋਕਿਆ ਜਾ ਸਕੇਗਾ ਖਾਸ ਤੌਰ ਤੇ ਕਾਲੀ ਫੰਗਸ ਅਤੇ ਕਰੋਨਾ ਦੇ ਵਾਧੇ ਕਹਿਰ ਦੇ ਦਰਮਿਆਨ ਮੋਗਾ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ ਸ੍ਰੀ ਮੁਖਸਰ ਸਾਹਿਬ ਨੂੰ ਖਬਰ ਹੈ ਜਿੱਥੇ ਲੰਬੀ ਦੇ ਵਿੱਚ ਸਿਹਤ ਵਿਭਾਗ ਦੀ ਲੈਬਾਰਟਰੀ ਦੀ ਰੈਪਿਡ ਟੈਸਟ ਰਿਪੋਰਟ ਨਿੱਜੀ ਲੈਬਾਰਟਰੀਆਂ ਦੇ ਨਾਲ ਮੇਲ ਨਾ ਖਾਣ ਕਰਕੇ ਪਿੜਤ ਪਰਿਵਾਰਾਂ ਦੇ ਵਿੱਚ ਦੁਚਿੱਤੀ ਤੇ ਪਰੇਸ਼ਾਨੀ ਬਣੀ ਹੋਈ ਹੈ ਤੇ ਲੈਬਾਰਟਰੀਆਂ ਦੀ ਭੂਮਿਕਾ ਉਹਨਾਂ ਦੀ ਕਾਰਵਾਈ ਤੇ ਵੀ ਸਵਾਲ ਚਿੰਨ੍ਹ ਖੜੇ ਸਵਾਲ ਚਿੰਨ੍ਹ ਲੱਗ ਗਏ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਿਕ ਹੁਣ ਪਿੰਡਾਂ ਦੇ ਵਿੱਚ ਕਰੋਨਾ ਮਹਾਮਾਰੀ ਲਗਾਤਾਰ ਵਧ ਰਹੀ ਹੈ ਸਿਹਤ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਪ੍ਰਭਾਵਿਤ ਪਿੰਡਾਂ ਦੇ ਵਿੱਚ ਰੈਪਿਡ ਟੈਸਟ ਕੀਤੇ ਆ ਰਹੇ ਨੇ ਇੱਕ ਪੀੜਤ ਪਰਵਾਰ ਨੇ ਦੱਸਿਆ ਕਿ ਜਦੋਂ ਸਿਹਤ ਵਿਭਾਗ ਲੰਬੀ ਦੀ ਟੀਮ ਨੇ ਘਰ ਦੀ ਇੱਕ ਮੈਂਬਰ ਬਜ਼ੁਰਗ ਦਾ ਰੈਪਿਡ ਟੈਸਟ ਕੀਤਾ ਤਾਂ ਰਿਪੋਰਟ ਪੋਜ਼ਿਟਿਵ ਆਈ ਜਦੋਂ ਨਿੱਜੀ ਲੈਬਾਰਟਰੀ ਤੋਂ ਟੈਸਟ ਕਰਵਾਇਆ ਤਾਂ ਰਿਪੋਰਟ ਨੈਗੇਟਿਵ ਆਈ ਪੀੜਿਤ ਪਰਿਵਾਰ ਕਹਿ ਰਿਹਾ ਕਿ ਹੁਣ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਅਸੀਂ ਕਿਹੜੀ ਰਿਪੋਰਟ ਨੂੰ ਸਹੀ ਮੰਨੀਏ ਰੋਪੜ ਦੇ ਵਿੱਚ ਆਰਐਸਐਸ ਨੇ ਇੱਕ ਖੂਨਦਾਨ ਕੈਂਪ ਲਾਉਣਾ ਸੀ ਪਾਕਿਸਤਾਨਾਂ ਦੇ ਵਿਰੋਧ ਕਰਕੇ ਇਹ ਖੂਨਦਾਨ ਕੈਂਪ ਵੀ ਮੁਲਤਵੀ ਕਰਨਾ ਪਿਆ ਇਸ ਤੋਂ ਪਹਿਲਾਂ ਇੱਕ ਹੋਰ ਕੈਂਪ ਦੁਆਬੇ ਦੇ ਵਿੱਚ ਲੱਗਣਾ ਸੀ ਜਿਸ ਨੂੰ ਵੀ ਕਿਸਾਨਾਂ ਨੇ ਨਹੀਂ ਲੱਗਣ ਦਿੱਤਾ ਇਸ ਮੌਕੇ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚੀ ਵਿਰੋਧ ਪ੍ਰਦਰਸ਼ਨ ਦੇ ਵਿੱਚ ਕਿਸਾਨਾਂ बिया 20 ਸ਼ਾਮਿਲ ਸਨ ਇਸ ਮੌਕੇ ਕਿਸਾਨ ਲੀਡਰ ਮੋਨ ਸਿੰਘ ਧਮਾਣਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਤਾਂ મોદી ਸਰਕਾਰ ਨੇ ਲੋਕਾਂ ਦੀ ਸਹਾਇਤਾ ਲਈ ਕੁਝ ਨਹੀਂ ਕੀਤਾ ਬਾਰੀ ਜਿਹੜੇ ਦੇਸ਼ ਹੈਗੇ ਨੇ ਉਹਨਾਂ ਨੇ ਅਤੇ ਜਿਹੜੇ ਪੰਜਾਬੀ ਐਨ ਆਰ ਆਈ ਹੈਗੇ ਨੇ ਉਹਨਾਂ ਨੇ ਸੂਬੇ ਦੀ ਮਦਦ ਕੀਤੀ ਹੈ ਤੇ ਹੁਣ ਜੜੀਆਂ ਆਰ ਐਸ ਐਸ ਵਰਗੀਆਂ ਜਥੇਬੰਦੀਆਂ ਖੂਨਦਾਨ ਮਹਾਦਾਨ ਦੇ ਨਾਰੇ ਲਾ ਰਹੀਆਂ ਨੇ ਤੇ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਇਹਨਾਂ ਦੇ ਖੂਨਦਾਨ ਕੈਂਪ ਜਾਂ ਕੋਈ ਵੀ ਸਮਾਗਮ ਕਰਨ ਅਸੀਂ ਨਹੀਂ ਹੋਣ ਦੇਵਾਂਗੇ ਆਰ ਐਸ ਐਸ ਜਾਂ ਫਿਰ ਬੀ ਜੀ ਪੀ ਕੋਈ ਵੀ ਕਰੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਦੁਕਾਨਾਂ ਖੋਲਣ ਦੇ ਸਮੇਂ 'ਚ ਬਦਲਾਅ ਕਰ ਦਿੱਤਾ ਗਿਆ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ 'ਚ ਖੁਲਣ ਦੀ ਇਜਾਜ਼ਤ ਦੇ ਦਿੱਤੀ ਹੈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲਣਗੀਆਂ ਤੇ 24 ਮਈ ਤੋਂ ਨਵੇਂ ਹੁਕਮ ਲਾਗੂ ਹੋ ਜਾਣਗੇ ਸ਼ਨੀਵਾਰ ਅਤੇ ਐਤਵਾਰ ਲਾਕਡਾਊਨ ਪਹਿਲਾਂ ਵਾਂਗ ਹੀ ਲਾਗੂ ਰਹੇਗਾ ਜਲੰਧਰ ਵਿੱਚ ਰਾਤ ਦੇ ਕਰਫਿਊ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੁਣੇ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਰਾਤ ਦਾ ਕਰਫਿਊ ਸ਼ਾਮ ਨੂੰ 6 ਵਜੇ ਲੱਗਦਾ ਹੈ ਲੁਧਿਆਣਾ ਦੇ ਵਿੱਚ ਵੀ ਦੁਕਾਨਾਂ ਹੁਣ ਸੋਮਵਾਰ ਤੋਂ ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਖੁੱਲ ਸਕਦੀਆਂ ਨੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਢਾਬੇ ਰੈਸਟੋਰੈਂਟ ਰਾਤ ਦੇ 8 ਵਜੇ ਤੱਕ ਘਰੋ ਘਰੀ ਸਮਾਨ ਦੀ ਡਿਲੀਵਰੀ ਕਰ ਸਕਦੇ ਨੇ ਕੈਨੇਡਾ ਨੇ ਭਾਰਤੀ ਅਤੇ ਪਾਕਿਸਤਾਨੀ ਉਡਾਣਾਂ ਤੇ ਪਾਬੰਦੀ 21 ਜੂਨ ਤੱਕ ਵਧਾ ਦਿੱਤੀ ਹੈ ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਉਮਰ ਅਲਕਾਬਰਾ ਨੇ ਇਸ ਦਾ ਐਲਾਨ ਕੀਤਾ ਹੈ ਭਾਰਤ ਅਤੇ ਪਾਕਿਸਤਾਨ ਦੀਆਂ ਉਡਾਣਾਂ ਤੇ ਪਹਿਲਾਂ 30 ਦਿਨਾਂ ਦੀ ਪਾਬੰਦੀ ਲਾਈ ਸੀ ਜਿਹੜੀ ਕਿ ਖਤਮ ਹੋ ਜਾਣੀ ਸੀ ਤੇ ਹੁਣ ਇਹ ਪਾਬੰਦੀ 21 ਜੂਨ ਤੱਕ ਵਧਾ ਦਿੱਤੀ ਹੈ 21 ਮਈ ਤੱਕ ਇਹ ਪਾਬੰਦੀ ਖਤਮ ਹੋ ਜਾਣੀ ਸੀ ਚੱਕਰਵਾਤੀ ਤੂਫਾਨ ਤੌਤੇ ਦੀ ਮਾਰ ਹੇਠ ਆ ਕੇ ਡੁੱਬੇ ਵੇੜੇ ਤੇ ਸਵਾਰ ਵਿਅਕਤੀਆਂ ਦੇ ਵਿੱਚੋਂ 61 ਜਣਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ 30 ਲਾਸ਼ਾਂ ਦੀ شناخت ਦੇ ਵਿੱਚ ਖਾਸੀ ਮੁਸ਼ਕਲ ਆਉਣ ਕਰਕੇ ਪੁਲਿਸ ਨੇ ਹੁਣ ਇਹਨਾਂ ਮ੍ਰਿਤਕ ਦੇਹਾਂ ਦਾ ਡੀਐਨਏ ਟੈਸਟ ਕਰਵਾਉਣ ਦਾ ਫੈਸਲਾ ਲਿਆ ਹੈ ਮੁੰਬਈ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜਲ ਸੈਨਾ ਨੇ ਅਰਬ ਸਾਗਰ ਚੋਂ ਹੁਣ ਤੱਕ 61 ਲਾਸ਼ਾਂ ਲੱਭ ਲਈਆਂ ਨੇ ਇਹਨਾਂ ਨੂੰ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਐਨਏ ਟੈਸਟ ਤੋਂ ਇਲਾਵਾ ਬਰਾਮਦ ਸਾਰੀਆਂ ਲਾਸ਼ਾਂ ਦੀ ਕੋਵਿਡ ਲਾਗ ਦੇ ਲਈ ਆਰਟੀਪੀਸੀਆ ਟੈਸਟਿੰਗ ਕੀਤੀ ਜਾਵੇਗੀ ਇਸ ਦੌਰਾਨ ਲਾਪਤਾ ਲੋਕਾਂ ਦੀ ਭਾਲ ਦੇ ਲਈ ਭਾਰਤੀ ਜਲ ਸੈਨਾ ਬੋਰਡ ਆਈਐਨਐਸ ਮੱਕਰ ਅਤੇ ਆਈਐਨਐਸ ਤਰਾਸਾ ਦੀਆਂ ਵਿਸ਼ੇਸ਼ ਗੋਤਾਖੋਰ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਕਾਲੀ ਫੰਗਸ ਦੇ ਹੁਣ ਤੱਕ 95 ਮਾਮਲੇ ਮਿਲੇ ਨੇ ਕੇਂਦਰੀ ਮੰਤਰੀ ਸਦਾਨੰਦ ਗੋੜਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਦੇਸ਼ ਭਰ ਦੇ ਵਿੱਚ ਲਗਭਗ 9000 ਲੋਕ ਕਾਲੀ ਫੰਗਸ ਦੀ ਬਿਮਾਰੀ ਤੋਂ ਪੀੜਤ ਨੇ ਉਹਨਾਂ ਕਹੇ ਕਿ ਬਿਮਾਰੀ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਸ ਬਿਮਾਰੀ ਦੇ ਇਲਾਜ ਲਈ ਵਰਤੀ ਜਾਣ ਵਾਲੀ ਇੱਕ ਦਵਾਈ ਜਿਹੜੀ ਉਹਦੀਆਂ 20000 ਤੋਂ ਵੱਧ ਸ਼ੀਸ਼ੀਆਂ ਪ੍ਰਭਾਵਿਤ ਸੂਬਿਆਂ ਨੂੰ ਭੇਜ ਦਿੱਤੀਆਂ ਨੇ ਤੇ ਇਸ ਬਿਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਗੁਜਰਾਤ ਹੈ ਜਿੱਥੇ 2000 281 ਮਾਮਲੇ ਦਰਜ ਕੀਤੇ ਗਏ ਨੇ ਤੇ ਗੁਜਰਾਤ ਨੂੰ 5800 ਸ਼ੀਸ਼ੀਆਂ ਭੇਜੀਆਂ ਗਈਆਂ ਨੇ ਦਵਾਈ ਦੀਆਂ ਦੂਸਰਾ ਦੂਸਰੇ ਨੰਬਰ ਤੇ ਮਹਾਰਾਸ਼ਟਰ ਸੂਬਾ ਹੈ ਇੱਥੇ 5090 ਸ਼ੀਸ਼ੀਆਂ ਭੇਜੀਆਂ ਗਈਆਂ ਨੇ ਆਂਧਰਾ ਪ੍ਰਦੇਸ਼ ਨੂੰ 900 10 ਮਰੀਜ਼ਾਂ ਦੇ ਇਲਾਜ ਲਈ 2300 ਸ਼ੀਸ਼ੀਆਂ ਦਿੱਤੀਆਂ ਗਈਆਂ ਨੇ ਤੇ ਗਵਾਂਡੀ ਤੇਲੰਗਾਨਾ ਨੂੰ 890 ਸ਼ੀਸ਼ੀਆਂ ਵੰਡੀਆਂ ਗਈਆਂ ਨੇ ਰਾਜਧਾਨੀ ਦਿੱਲੀ ਜਿੱਥੇ ਹੁਣ ਤੱਕ 197 ਮਾਮਲੇ ਦਰਜ ਕੀਤੇ ਗਏ ਨੇ ਇਹਨਾਂ ਨੂੰ 670 ਸ਼ੀਸ਼ੀਆਂ ਮਿਲਣਗੀਆਂ ਤੇ ਪੰਜਾਬ ਦੇ ਵਿੱਚ 95 ਫੰਗਸ ਦੇ ਮਾਮਲੇ ਨੇ ਯੋਗ ਗੁਰੂ ਰਾਮਦੇਵ ਤੋਂ ਨਾਰਾਜ਼ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਚਿੱਠੀ ਲਿਖੀ ਹੈ ਤੇ ਕਿਹਾ ਕਿ ਬਾਬਾ ਰਾਮਦੇਵ ਤੇ ਮੁਕੱਦਮਾ ਦਰਜ ਕਰੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਯੋਗ ਗੁਰੂ ਕਹਾਉਣ ਵਾਲੇ ਰਾਮਦੇਵ ਉਤੇ ਐਲੋਪੈਥੀ ਇਲਾਜ ਦੇ ਖਿਲਾਫ ਝੂਠ ਫਲਾਉਣ ਦਾ ਇਲਜ਼ਾਮ ਲਾਇਆ ਡਾਕਟਰਾਂ ਦੀ ਇਸ ਸੰਸਥਾ ਨੇ ਰਾਮਦੇਵ ਖਿਲਾਫ ਮੁਕੱਦਮਾ ਦਰਜ ਕਰਨ ਦੀ ਸਖਤੀ ਨਾਲ ਮੰਗ ਕੀਤੀ ਹੈ ਕੇਂਦਰੀ ਸਿਹਤ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਆਈਐਮਐਨ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ RAMDEV ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਵਿੱਚ ਬਾਬਾ RAMDEV ਐਲੋਪੈਥੀ ਨੂੰ ਬਕਵਾਸ ਤੇ ਦਿਵਾਲੀਆ ਸਾਇੰਸ ਕਹਿ ਰਹੇ ਨੇ ਆਈਐਮਐਨ ਨੇ ਲਿਖਿਆ ਕਿ ਇਸ ਤੋਂ ਪਹਿਲਾਂ ਕਰੋਨਾ ਦੇ ਲਈ ਬਣਾਈ ਗਈ ਆਪਣੀ ਦਵਾਈ ਨੂੰ ਲਾਂਚ ਕਰਨ ਦੇ ਵਕਤ ਵੀ RAMDEV ਨੇ ਡਾਕਟਰਾਂ ਨੂੰ ਕਾਤਲ ਤੱਕ ਕਹਿ ਦਿੱਤਾ ਸੀ आईएमएन ਨੇ ਲਿਖੀ ਚਿੱਠੀ ਦੇ ਵਿੱਚ ਕਿਹਾ ਹੈ ਕਿ ਬਾਬਾ RAMDEV ਨੇ ਇਹ ਦਾਵਾ ਕੀਤਾ ਹੈ ਕਿ RAMDES Sphere Favi Flu ਤੇ DGCI ਤੋਂ ਮਨਜ਼ੂਰ ਦੂਜੀਆਂ ਦਵਾਈਆਂ ਕਰਕੇ ਲੱਖਾਂ ਲੋਕਾਂ ਦੀ ਮੌਤ ਹੋਈ ਹੈ। ਉਹਨਾਂ ਨੇ Drugs Controller of India ਅਤੇ ਸਿਹਤ ਮੰਤਰੀ ਦੀ ਸਾਖ ਨੂੰ ਚੁਣੌਤੀ ਦਿੱਤੀ ਹੈ। ਵੈਮ ਫੈਲਾਉਣ ਅਤੇ ਲੱਖਾਂ ਲੋਕਾਂ ਦੀ ਜਾਨ ਖਤਰੇ ਵਿੱਚ ਪਾਉਣ ਕਰਕੇ ਬਾਬਾ RAMDEV ਖਿਲਾਫ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਸੋ Indian Medical Association ਨੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ ਕਿ ਬਾਬਾ ਰਾਮਦੇਵ ਦੇ ਖਿਲਾਫ ਪਰਚਾ ਦਰਜ ਕਰੋ ਤੇ ਡਾਕਟਰ ਹਰਸ਼ਵਰਧਨ ਉਹੀ ਸ਼ਖਸੀਅਤ ਨੇ ਜਦੋਂ RAMDEV ਨੇ ਆਪਣੀ ਕਰੋਨਾ ਦੀ ਦਵਾਈ ਲਾਂਚ ਕੀਤੀ ਹੈ ਇਸੇ ਸਾਲ 2021 ਦੇ ਵਿੱਚ ਤਾਂ ਜਿਹੜੇ ਨਿਤਿਨ ਗੜਕਰੀ ਬੀਜੇਪੀ ਦੇ ਲੀਡਰ ਅਤੇ ਜਿਹੜੇ ਹੈਗੇ ਨੇ ਡਾਕਟਰ ਹਰਸ਼ਵਰਧਨ ਇਹ ਖੁਦ ਉਸ ਲਾਂਚਿੰਗ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਸੀ ਹੁਣ ਆਈਏ ਆਈਐਮਏ ਦੀ ਮੰਗ ਨੂੰ ਸਿਹਤ ਮੰਤਰੀ ਮੰਨਣਗੇ ਜਾਂ ਨਹੀਂ ਮੰਨਣਗੇ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਇਹ ਜ਼ਰੂਰ ਦੱਸਿਓ ਕਮਾਂਤਰੀ ਮੁਦਰਾ ਫੰਡ ਯਾਨੀ ਕਿ ਆਈਐਮਐਫ ਨੇ ਭਾਰਤ ਦੇ ਵਿੱਚ ਕੋਵਿਡ 19 ਦੀ ਵਿਨਾਸ਼ਕਾਰੀ ਦੂਸਰੀ ਲਹਿਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੁਰੇ ਸੰਕਟ ਦਾ ਇਸ਼ਾਰਾ ਦੱਸਿਆ ਆਈਐਮਐਫ ਨੇ ਕਿਹਾ ਕਿ ਭਾਰਤ ਦੇ ਹਾਲਾਤ ਉਹਨਾਂ ਗਰੀਬ ਤੇ ਮੱਧ ਆਮਦਨੀ ਵਾਲੇ ਦੇਸ਼ਾਂ ਦੇ ਲਈ ਚੇਤਾਵਨੀ ਹੈ ਜੋ ਹਾਲੇ ਤੱਕ ਮਹਾਮਾਰੀ ਤੋਂ ਬਚੇ ਹੋਏ ਨੇ IMF ਦੇ ਅਰਥਸ਼ਾਸਤਰੀ ਰੋਚੀ ਰਗਰਵਾਲ ਤੇ ਸੰਸਥਾ ਦੀ ਮੁਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਦਾਵਾ ਆਪਣੀ ਇੱਕ ਰਿਪੋਰਟ ਦੇ ਵਿੱਚ ਕੀਤਾ ਹੈ ਰਿਪੋਰਟ ਮੁਤਾਬਕ ਮੌਜੂਦਾ ਰਫਤਾਰ ਦੇ ਨਾਲ ਭਾਰਤ ਵਿੱਚ 2021 ਦੇ ਅਖੀਰ ਵਿੱਚ 35% ਤੋਂ ਘੱਟ ਲੋਕਾਂ ਨੂੰ ਹੀ ਟੀਕਾ ਲੱਗਣ ਦੇ ਅਸਰ ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਾਜ਼ੀਲ ਤੋਂ ਬਾਅਦ ਕੋਵਿਡ-19 ਦੀ ਭਾਰਤ ਵਿੱਚ ਜਾਰੀ ਦੂਸਰੀ ਲਹਿਰ ਇਸ ਗੱਲ ਦਾ ਸੰਕੇਤ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਅੱਗੇ ਹੋਰ ਬੁਰੇ ਹਾਲਾਤ ਵੇਖਣ ਨੂੰ ਮਿਲ ਸਕਦੇ ਨੇ। ਰਿਪੋਰਟ ਮੁਤਾਬਕ ਭਾਰਤ ਦਾ ਸਿਹਤ ਢਾਂਚਾ ਪਹਿਲੀ ਲਹਿਰ ਨਾਲ ਨਜਿੱਠਣ ਦੇ ਵਿੱਚ ਤਾਂ ਕਾਫੀ ਹੱਦ ਤੱਕ ਸਫਲ ਰਿਹਾ ਪਰ ਦੂਸਰੀ ਲਹਿਰ ਦੌਰਾਨ ਸਿਹਤ ਢਾਂਚੇ ਤੇ ਇੰਨਾ ਬੋਝ ਪਿਆ ਕਿ ਲੋਕ ਆਕਸੀਜਨ ਤੇ ਹੋਰ ਸਹੂਲਤਾਂ ਦੀ ਕਿੱਲਤ ਨਾਲ ਮਰ ਰਹੇ ਨੇ। ਹੁਣ ਤੁਹਾਨੂੰ ਇੱਕ ਤਸਵੀਰ ਦਿਖਾਉਣੀ ਆ ਇਹ ਤਸਵੀਰ ਹੈ ਕੌਮਾਂਤਰੀ ਅਖਬਾਰ ਦਾ ਨਿਊਯਾਰਕ ਟਾਈਮਸ ਦਾ ਮੁੱਖ ਪੰਨਾ 21 ਮਈ ਦਾ ਅਖਬਾਰ ਹੈ 21 ਮਈ ਦੇ ਮੁੱਖ ਪੰਨੇ ਤੇ ਲਿਖਿਆ ਇੰਡੀਆਜ਼ ਪੀਐਮ ਕ੍ਰਾਈਡ ਤੇ ਥੱਲੇ ਮਗਰਮੱਛ ਦੀ ਫੋਟੋ ਲੱਗੀ ਹੈ ਇਸ ਫੋਟੋ ਨੂੰ ਦੇਖ ਕੇ ਤੇ ਲਿਖੇ ਹੋਏ ਨੂੰ ਦੇਖ ਕੇ ਇੱਕੋ ਹੀ ਅਰਥ ਨਿਕਲਦਾ ਹੈ ਕਿ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਮਗਰਮੱਛ ਦੇ ਹੰਝੂ ਦਰਅਸਲ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ ਦੇ ਯੋਧਿਆਂ ਦੇ ਨਾਲ ਗੱਲਬਾਤ ਕਰ ਰਹੇ ਸੀ ਇਸ ਦਰਮਿਆਨ ਕਰੋਨਾ ਮਹਾਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਜਦੋਂ ਗੱਲ ਕੀਤੀ ਤਾਂ ਪ੍ਰਧਾਨ ਮੰਤਰੀ ਮੋਦੀ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਂਦੇ ਆਉਂਦੇ ਰਹੇਗੇ ਮੱਸੀ ਉਹਨਾਂ ਨੇ ਹੰਝੂਆਂ ਨੂੰ ਰੋਕਿਆ ਤੇ ਉਹਨਾਂ ਹੰਝੂਆਂ ਦੇ ਉੱਤੇ ਇੱਕ ਕਮਾਂਤਰੀ ਅਖਬਾਰ ਨੇ ਇਹ ਟਿੱਪਣੀ ਕੀਤੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਕਾਰਨ ਦੇਸ਼ ਭਰ ਵਿੱਚ 420 ਡਾਕਟਰਾਂ ਦੀ ਮੌਤ ਹੋ ਗਈ ਹੈ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਦੂਸਰੀ ਲਹਿਰ ਦੇ ਵਿੱਚ ਸਭ ਤੋਂ ਵੱਧ 100 ਡਾਕਟਰਾਂ ਦੀਆਂ ਮੌਤਾਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹੋਈਆਂ ਨੇ ਹਾਲਾਂਕਿ 3-4 ਦਿਨ ਪਹਿਲਾਂ ਹੀ ਜਦੋਂ ਇਹ ਅੰਕੜਾ ਜਾਰੀ ਕੀਤਾ ਸੀ ਆਈਐਮਐਨਏ ਤੇ ਉਦੋਂ ਮੌਤਾਂ ਦੀ ਗਿਣਤੀ 270 ਦੇ ਕਰੀਬ ਸੀ ਤੇ ਇੰਨੇ ਥੋੜੇ ਸਮੇਂ ਦੇ ਵਿੱਚ ਇਹ ਗਿਣਤੀ 420 ਤੱਕ ਪਹੁੰਚ ਗਈ ਹੈ ਦੂਜੀ ਲਹਿਰ ਦੇ ਵਿੱਚ ਬਿਹਾਰ ਵਿੱਚ ਘੱਟੋ-ਘੱਟ 96 ਤੇ ਉੱਤਰ ਪ੍ਰਦੇਸ਼ ਦੇ ਵਿੱਚ 41 ਡਾਕਟਰਾਂ ਦੀ ਮੌਤ ਹੋਈ ਹੈ ਪਹਿਲੀ ਲਹਿਰ ਦੇ ਵਿੱਚ 748 ਡਾਕਟਰਾਂ ਦੀ ਮੌਤ ਹੋਈ ਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ ਕੋਰੋਨਾ ਕਰਕੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 50000 ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਕਿਸੇ ਕਮਾਉਣ ਵਾਲੇ ਜੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਪਰਿਵਾਰ ਨੂੰ ਐਕਸ ਗ੍ਰੇਸ਼ੀਆ ਤੋਂ ਇਲਾਵਾ ਹਰ ਮਹੀਨੇ 2500 ਰੁਪਏ ਦੀ ਸਹਾਇਤਾ ਰਾਸ਼ੀ ਵੀ ਦਿੱਤੀ ਜਾਏਗੀ ਜੇਕਰ ਕਿਸੇ ਦੇ ਪਤੀ ਦੀ ਕਰੋਨਾ ਨਾਲ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਪਤਨੀ ਨੂੰ ਪੈਨਸ਼ਨ ਦਿੱਤੀ ਜਾਵੇਗੀ ਜੇਕਰ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਪਤੀ ਨੂੰ ਪੈਨਸ਼ਨ ਦਿੱਤੀ ਜਾਵੇਗੀ ਜੇਕਰ ਪਰਿਵਾਰ ਦੇ ਵਿੱਚੋਂ ਕਿਸੇ ਕੁਆਰੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਮਾਪਿਆਂ ਨੂੰ ਇਹ ਪੈਨਸ਼ਨ ਦਿੱਤੀ ਜਾਵੇਗੀ ਕੇਜੀਵਾਲ ਨੇ ਕਰੋਨਾ ਮਹਾਮਾਰੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਦਿੱਲੀ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨਿਤਿਨ ਤਨਵਰ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ ਨਾਲ ਹੀ ਕੇਜੀਵਾਲ ਨੇ ਪਰਿਵਾਰ ਨੂੰ ਹੋਰ ਸੰਭਵ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ ਹੈ ਕੇਜੀਵਾਲ ਨੇ ਨਿਤਿਨ ਤਨਵਰ ਦੀ ਸੇਵਾ ਦੇ ਸ਼ਲਾਗਾ ਕੀਤੀ ਹੈ ਕਿ ਹੈ ਕਿ ਨਿਤਿਨ ਤਨਵਰ ਦਿੱਲੀ ਦੇ ਸਰਕਾਰੀ ਸਕੂਲ ਵਿੱਚ ਬਹੁਤ ਮਿਹਨਤ ਕਰਨ ਵਾਲੇ ਤੇ ਸਮਰਪਿਤ ਅਧਿਆਪਕ ਸਨ ਕਰੋਨਾ ਕਾਲ ਦੇ ਦੌਰਾਨ ਵੀ ਉਹਨਾਂ ਨੇ ਬਹੁਤ ਸਾਰੀਆਂ ਡਿਊਟੀਆਂ ਕੀਤੀਆਂ ਕੇਂਦਰ ਸਰਕਾਰ ਨੇ ਹੁਣ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਇੱਕ ਹੋਰ ਹਦਾਇਤ ਦੇ ਦਿੱਤੀ ਹੈ ਕਿ ਉਹ ਆਪਣੀ ਸਾਰੀ ਅਜਹੀ ਸਮੱਗਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾ ਦੇਣ ਜਿਸ ਦੇ ਵਿੱਚ ਕਰੋਨਾ ਵਾਇਰਸ ਦਾ ਭਾਰਤੀ ਰੂਪ ਜਾਂ ਭਾਰਤੀ ਕਿਸਮ ਵਜੋਂ ਕਿਹਾ ਗਿਆ ਜਾਂ ਹਵਾਲਾ ਦਿੱਤਾ ਗਿਆ ਯਾਨੀ ਕਿ ਕਰੋਨਾ ਵਾਇਰਸ ਦੇ ਇਸ ਵੇਰੀਐਂਟ ਨੂੰ ਜੇ ਕਿਸੇ ਵੀ ਚਾਹੇ ਨਿਊਜ਼ ਚੈਨਲ ਨੇ ਜਾਂ ਫਿਰ ਕਿਸੇ ਹੋਰ ਅਦਾਰੇ ਨੇ ਭਾਰਤੀ ਵੇਰੀਐਂਟ ਜਾਂ ਭਾਰਤੀ ਰੂਪ ਕਿਹਾ ਉਸ ਨੂੰ ਤੁਰੰਤ ਹਟਾ ਦਿੱਤਾ ਜਾਵੇ ਸਰਕਾਰ ਦੀ ਪਹਿਲ ਕਦਮੀ ਦਾ ਮੁੱਖ ਮੰਤਵ ਕਹਿੰਦੇ ਨਾ 19 ਬਾਰੇ ਗਲਤ ਫਹਿਮੀਆਂ ਨੂੰ ਅੱਗੇ ਵਧਣ ਤੋਂ ਰੋਕਣਾ ਹੈ ਡਿਜੀਟਲ ਪਲੇਟਫਾਰਮਾਂ ਨੇ ਸਰਕਾਰ ਵੱਲੋਂ ਮਿਲੀ ਇਸ ਐਡਵਾਈਜ਼ਰੀ ਦੀ ਪੁਸ਼ਟੀ ਕੀਤੀ ਹੈ ਸੂਚਨਾ ਤਕਨੀਕ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਾਰੇ ਮੀਡੀਆ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਲਿਖੀਆਂ ਚਿੱਠੀਆਂ ਵਿੱਚ ਸਾਫ਼ ਕਰ ਦਿੱਤਾ ਸੀ ਕਿ ਆਲਮੀ ਸਿਹਤ ਸੰਸਥਾ ਯਾਨੀ ਕਿ WHO ਨੇ ਆਪਣੀ ਕਿਸੇ ਵੀ ਰਿਪੋਰਟ ਦੇ ਵਿੱਚ ਕਰੋਨਾ ਵਾਇਰਸ ਦੇ B1617 ਕਿਸਮ ਨੂੰ ਭਾਰਤੀ ਵੇਰੀਐਂਟ ਨਹੀਂ ਕਿਹਾ ਪੰਜਾਬ ਦੇ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘਾਂ ਦੀ ਚੋਣ ਆਖਿਰਕਾਰ ਕਿਸ ਆਧਾਰ ਤੇ ਹੁੰਦੀ ਹੈ ਇਹ ਸਵਾਲ ਉੱਠ ਰਹੇ ਨੇ ਸਿੱਖਾਂ ਦੇ ਧਾਰਮਿਕ ਲੀਡਰਾਂ ਤੇ ਇਲਾਕਿਆਂ ਦੇ ਐਸਜੀਪੀਸੀ ਮੈਂਬਰਾਂ ਤੇ ਕਿ ਉਹ ਕਿੰਨਾ ਕੁ ਆਪਣੇ ਇਲਾਕੇ ਨੂੰ ਸੰਭਾਲਦੇ ਨੇ ਸਵਾਲ ਤਾਂ ਉੱਠ ਰਹੇ ਨੇ ਕਿਉਂਕਿ ਗੁਰੂ ਘਰ ਦੇ ਵਿੱਚ ਰਾਮ ਰਹੀਮ ਦੀ ਰਿਹਾਈ ਦੀ ਅਰਦਾਸ ਕਰਨ ਵਾਲੇ ਗ੍ਰੰਥੀ ਨੂੰ ਜਦੋਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸਨੇ ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ ਰਾਧਾ ਸਵਾਮੀ ਜੀ ਤੇ ਜੈ ਮਾਤਾ ਸ਼ੇਰਾਂਵਾਲੀ ਦੀ ਇਹ ਜੈਕਾਰੇ ਲਾਇਆ ਹਾਲਾਂਕਿ ਗੁਰਮੇਲ ਸਿੰਘ ਆਪਣੇ ਆਪ ਨੂੰ ਖਾਲਸਾ 20 ਦਾ ਹੈ ਤੇ ਹੁਣ ਇਹ ਜਿਹੜੇ ਨਾਰੇ ਨੇ ਤਾਂ ਤਨ ਸਤਗੁਰੂ ਇਹ ਨਾਰਾ ਜਿਹੜਾ ਡੇਰਾ ਸਿਰਸਾ ਦੇ ਨਾਲ ਜੁੜਿਆ ਹੋਇਆ ਹੈ ਉਸ ਦੇ ਜਿਹੜੇ ਬਲਾਤਕਾਰੀ ਤੇ ਕਾਤਲ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਜੁੜਿਆ ਹੋਇਆ ਪਿੰਡ ਬੀੜ ਤਲਾਬ ਦੇ ਗੁਰਮੇਲ ਸਿੰਘ ਨੂੰ ਜਦੋਂ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਤਾਂ 24 ਮਈ ਤੱਕ ਇਸ ਨੂੰ ਪੁਲਿਸ ਰਿਮਾਨ ਤੇ ਭੇਜ ਦਿੱਤਾ ਗਿਆ ਅਦਾਲਤ ਵਿੱਚ ਗੁਰਮੇਲ ਨੇ ਦੋਸ਼ ਵੀ ਲਾਇਆ ਕਿ ਪੁਲਿਸ ਨੇ ਕੋਟਕੁਟਕੇ ਮੇਰੀ ਕਿਰਪਾਨ ਤੇ ਕੜਾ ਉਤਾਰ ਦਿੱਤੇ ਨੇ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਮਾਮਲੇ ਪਿੱਛੇ ਡੂੰਗੀ ਸਾਜ਼ਿਸ਼ ਹੈ ਇਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਭਾਜਪਾ ਖਿਲਾਫ ਅਰਦਾਸ ਕਰਨ ਵਾਲੇ ਦੀ ਪਿੱਠ ਥਾਪੜਨ ਦਾ ਦੋਸ਼ ਵੀ ਲਾਇਆ ਤੇ ਸ਼੍ਰੋਮਣੀ ਕਾਲੇਦਲ ਅੰਮ੍ਰਿਤਸਰ ਦਾ ਵਫਾ ਦੇ ਸੰਬੰਧੀ ਐਸਐਸਪੀ ਬਠਿੰਡਾ ਨੂੰ ਮਿਲਿਆ ਜਰਨਲ ਸਕੱਤਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਮੰਗ ਵੀ ਕੀਤੀ ਕਿ ਐਫਆਈਆਰ ਦੀ ਧਾਰਾ 295ਏ ਦੇ ਨਾਲ ਇਹਦੇ ਵਿੱਚ 120ਬੀ ਦਾ ਵਾਧਾ ਵੀ ਕੀਤਾ ਜਾਵੇ ਜਦਕਿ ਕੌਮੀ ਅਨੁਸੂਚੀ ਜਾਤੀ ਕਮਿਸ਼ਨ ਦੇ ਮੁਖੀ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਇਸ ਗ੍ਰਾਂਥੀ ਦੀ ਪਿੱਠ ਤੇ ਆ ਗਏ ਨੇ ਤੇ ਉਹ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਜਾਤੀਵਾਦ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਖਤ ਤਾੜਨਾ ਕੀਤੀ ਹੈ ਅਮਿਤਾ ਵਚਨ ਤੋਂ 2 ਕਰੋੜ ਰੁਪਏ ਲੈਣ ਦੇ ਮਾਮਲੇ ਤੇ ਜਥੇਦਾਰ ਨੇ ਕਿਹਾ ਕਿ ਦੋ ਤਿੰਨ ਬੁੱਧੀਜੀਵੀ ਕਹਿ ਰਹੇ ਨੇ ਕਿ ਅਮਿਤਾ ਵਚਨ ਵੱਲੋਂ ਪੈਸੇ ਲੈਣਾ ਕੋਈ ਮਾੜਾ ਨਹੀਂ ਹੈ ਕਿਉਂਕਿ ਉਹਨੇ ਤਾਂ ਦਾਨ ਦਿੱਤਾ ਜਥੇਦਾਰ ਨੇ ਕਿਹਾ ਕਿ ਇਹ ਰਵਾਇਤਾਂ ਗਲਤ ਪੈ ਰਹੀਆਂ ਨੇ ਜੇ ਬੰਦਾ ਪੰਥ ਦਾ ਦੋਖੀ ਹੈ ਉਸ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਸਿਰਸਾ ਨੂੰ ਅਮਿਤਾ ਵਚਨ ਕੋਲੋਂ ਪੈਸੇ ਲੈਂਦੇ ਆਂ ਕਿ ਸ਼ਰਮ ਨਹੀਂ ਆਈ ਸਿਰਸਾ ਨੇ ਸਿੱਖ ਰਵਾਇਤਾਂ ਦੇ ਉਲਟ ਕੰਮ ਕੀਤਾ ਸਿਰਸਾ ਪੈਸੇ ਲੈਣ ਦੀ ਨਵੀਂ ਰਵਾਇਤ ਪਾ ਰਿਹਾ ਹੈ ਤੇ ਉਸ ਨੂੰ ਤੁਰੰਤ ਇਹ ਪੈਸੇ ਵਾਪਸ ਕਰਨੇ ਚਾਹੀਦੇ ਨੇ ਪਹਿਲੀ ਗੱਲ ਤਾਂ ਹੈ ਕਿ ਦਾਨ ਕਿਨੂੰ ਦੇ ਰਹੇ ਨੇ ਤੇ দান ਉਸ ਮਿਸ਼ਨ ਨੂੰ ਜਿਹੜਾ ਮਿਸ਼ਨ ਪੁੱਤਰਾਂ ਦੇ ਦਾਨੀ ਦਾ ਹੋਵੇ ਅੱਜ ਮੈਂ ਹੈਰਾਨ ਆ ਕਿ ਕਰੋਨਾ ਆ ਕਰੋਨਾ ਸਿੱਖਾਂ ਤੇ ਨਹੀਂ ਆਇਆ ਕਰੋਨਾ ਦੀ ਵਿਪਤਾ ਕੱਲੇ ਸਿੱਖਾਂ ਤੇ ਨਹੀਂ ਸ ਕੱਲੇ ਸਿੱਖਾਂ ਤੇ ਵਿਪਤਾ ਆਈ ਸੀ 84 ਚ ਉਦੋਂ ਅਮਤਾਬ ਬੱਚਨ ਦਾ ਰੋਲ ਠੀਕ ਨਹੀਂ ਸੀ ਮੈਂ ਅਮਤਾਬ ਬੱਚਨ ਦੀ ਆਉਦੇ ਪਰਿਵਾਰ ਵਾਸਤੇ ਕੋਈ ਮੂਵ ਨਹੀਂ ਬਣਾ ਰਿਹਾ ਕਿ ਉਹ ਸਾਡੇ ਦੁਸ਼ਮਣ ਨੇ ਲੇਕਿਨ ਇੱਕ ਰੰਜ ਹੁੰਦਾ ਇੱਕ ਦੁੱਖ ਹੁੰਦਾ ਜਿਹੜਾ ਕਿਸੇ ਸਮੇਂ ਤੁਹਾਡਾ ਨਿਭਾਇਆ ਗਿਆ ਰੋਲ ਹੁੰਦਾ ਉਹਦੇ ਪ੍ਰਤੀ ਮੈਂ ਅਮਤਾਬ ਬਚਨ ਜੀ ਨੂੰ ਪੁੱਛਣਾ ਚਾਹੁੰਨਾ ਹੈ ਕਿ ਕਰੋਨਾ ਦਾ ਕਹਿਰ ਜਿਹੜਾ ਤੁਹਾਡੇ ਜੰਮਪਾਲ ਖੇਤਰ ਦੇ ਵਿੱਚ ਅਲਾ ਬਾਜ ਵਾਪਰਿਆ ਉੱਥੇ ਵੀ ਧਿਆਨ ਦਿਓ ਤੁਹਾਡੀ ਬੰਬਈ ਦੇ ਵਿੱਚ ਲਾਸ਼ਾਂ ਸੜਨ ਵਾਲਾ ਕੋਈ ਨਹੀਂ ਦੱਬਣ ਵਾਲਾ ਕੋਈ ਨਹੀਂ ਉੱਥੇ ਵੀ ਧਿਆਨ ਦਿਓ ਕਿ ਬੰਦੇ ਦਾ ਪੁੱਤ ਬਣ ਕੇ ਪੈਸੇ ਵਾਪਸ ਕਰ ਤੇ ਇੱਕ ਜਿਹੜੀ ਪੈਸੇ ਲੈਣ ਦੀ ਪ੍ਰਥਾ ਤੋਂ ਨਵੀਂ ਪਾਤੀ ਆ ਕਿ ਇੱਕ ਖੈਰ ਕਰਕੇ ਏਜੰਸੀਆਂ ਉਹਨਾਂ ਨੂੰ 8% ਕਮਿਸ਼ਨ ਦੇ ਕੇ ਤੇ ਤੂੰ ਦਸਵੰਧ ਸਿੱਖਾਂ ਦਾ ਮੰਗ ਮੰਗੇ ਤੂੰ ਦਾਨ ਮੰਗੇ ਇਹ ਅਸੀਂ ਮੰਗਦੇ ਹਾਂ ਅਸੀਂ ਭਿਖ ਮੰਗੇ ਸੇਕ ਕੌਮ ਨੇ ਹਮੇਸ਼ਾ ਦਾਨ ਦਿੱਤਾ ਜਥੇਦਾਰ ਰਣਜੀਤ ਸਿੰਘ ਨੇ ਇਹ ਵੀ ਖਦਸ਼ਾ ਪ੍ਰਗਟਾਇਆ ਕਿ ਮਾਮਲਾ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਵਧ ਰਿਹਾ ਤੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੈਠੇ ਗ੍ਰੰਥੀਆਂ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਕਿਤੇ ਦੂਸਰਾ ਰਾਮ ਰਹੀਮ ਨਾ ਬਣਾ ਦਿਓ ਯਾਨੀ ਕਿ ਅਮਿਤਾ ਵਚਨ ਨੂੰ ਮਾਫੀ ਨਾ ਦੇ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਜਥੇਦਾਰ ਕਹਿੰਦੇ ਤੁਹਾਡੇ ਨਾਲ ਗੁਰੂ ਨੇ ਨਿਭਣਾ ਬਾਦਲ ਨੇ ਨਹੀਂ ਨਿਭਣਾ ਬਾਦਲ ਗੁਰੂ ਘਰ ਦਾ ਦੋਸ਼ੀ ਹੈ ਇਸ ਦੇ ਦਰਮਿਆਨ ਜਾਗੂ ਪਾਰਟੀ ਦੇ ਪ੍ਰਧਾਨ ਤੇ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਡੇਰਾ ਸਿਰਸਾ ਦੇ ਬਲਾ ਤੇ ਕਾਤਲ ਮੁਖੀ ਰਾਮ ਰਹੀਮ ਦੀ ਪੈਰੋਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਚੁੱਪੀ ਤੇ ਨਿਸ਼ਾਨਾ ਸਾਧਿਆ ਕਿ ਰਾਮ ਰਹੀਮ ਨੂੰ ਪੈਰੋਲ ਮਿਲਣ ਤੇ ਕਿਸੇ ਵੀ ਅਕਾਲੀ ਦਲ ਦੇ ਲੀਡਰ ਜਾਂ ਫਿਰ ਐਸਜੀਪੀਸੀ ਦੇ ਕਿਸੇ ਮੈਂਬਰ ਨੇ ਕੋਈ ਬਿਆਨ ਨਹੀਂ ਦਿੱਤਾ ਇਸ ਮਸਲੇ ਤੇ ਇਹਨਾਂ ਦੇ ਬੁਲਾਰੇ ਆਖਿਰਕਾਰ ਕਿੱਥੇ ਚਲੇਗੇ ਰਾਮ ਰਹੀਮ ਤੇ ਹਾਲੇ ਨੌਜਵਾਨਾਂ ਨੂੰ ਨਪੁੰਸਕ ਬਣਾਉਣ ਦਾ ਮਸਲਾ ਅਦਾਲਤਾਂ ਦੇ ਵਿੱਚ ਚੱਲ ਰਿਹਾ ਹੈ ਉਸ ਦਾ ਫੈਸਲਾ ਆਉਣਾ ਹਲੇ ਬਾਕੀ ਹੈ ਤੇ ਫਿਰ ਉਸ ਨੂੰ ਰਿਹਾਈ ਕਿਵੇਂ ਮਿਲ ਗਈ ਇਸ ਮੌਕੇ ਜੀਕੇ ਨੇ ਵੀ ਖਦਸ਼ਾ ਪ੍ਰਗਟਾਇਆ ਕਿ ਬਠਿੰਡਾ ਦੇ ਪਿੰਡ ਬੀੜ ਤਲਾਬ ਦੇ ਵਿੱਚ ਜਿਹੜੀ ਗ੍ਰੰਥੀ ਦੇ ਵੱਲੋਂ ਰਾਮ ਰਹੀਮ ਦੇ ਹੱਕ ਵਿੱਚ ਕੀਤੀ ਗਈ ਅਰਦਾਸ ਹੈ ਉਹਦੇ ਪਿੱਛੇ ਵੀ ਕਿਤੇ ਅਕਾਲੀ ਦਲ ਦਾ ਹੱਥ ਤਾਂ ਨਹੀਂ ਇਹ ਵੀ ਖਦਸ਼ਾ ਉਹਨਾਂ ਨੇ ਪ੍ਰਗਟਾਇਆ ਬੁਲੇਟਿਨ ਦੇ ਵਿੱਚ ਹਮੇਸ਼ਾ ਹੀ ਆਪਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਖਬਰਾਂ ਨੇ ਜਿਹੜੀਆਂ ਜ਼ਿਆਦਾਤਰ ਉਹੀ ਮਿਲਦੀਆਂ ਨੇ ਇਸੇ ਦਰਮਿਆਨ ਇੱਕ ਅੱਧੀ ਚੰਗੀ ਖਬਰ ਆ ਜਾਵੇ ਤਾਂ ਪੜ੍ਹ ਕੇ ਸੁਣਾਉਣ ਨੂੰ ਵੀ ਦਿਲ ਕਰਦਾ ਹੈ ਕੇਰਲਾ ਤੋਂ ਖਬਰ ਆਈ ਹੈ ਜਿੱਥੇ ਪਲੱਕੜ ਦੇ ਵਿੱਚ ਪਤੰਬੀ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਮੁਸਲਿਮ ਮਹਿਲਾ ਦੇ ਐਨ ਮਰਨ ਕੰਡੇ ਪਹੁੰਚਣ ਤੇ ਉੱਥੇ ਤਾਇਨਾਤ ਹਿੰਦੂ ਡਾਕਟਰ ਡਾਕਟਰ ਰੇਖਾ ਕ੍ਰਿਸ਼ਮਾ ਨੇ ਜਦੋਂ ਵੇਖਿਆ ਕਿ ਮਹਿਲਾ ਮਰਨ ਦੇ ਵਿੱਚ ਔਖ ਮਹਿਸੂਸ ਕਰ ਰਹੀ ਹੈ ਤਾਂ ਉਸਨੇ ਖੁਦ ਉਹਦੇ ਕੰਨ ਵਿੱਚ ਜਾ ਕੇ ਕਲਮਾ ਪੜਿਆ ਯਾਨੀ ਕਿ ਹਿੰਦੂ ਡਾਕਟਰ ਨੇ ਮੁਸਲਿਮ ਔਰਤ ਦੇ ਕੰਨ ਵਿੱਚ ਕਲਮਾ ਪੜਿਆ ਤਾਂ ਕਿ ਉਸ ਦੀ ਜਾਨ ਸੌਖੀ ਨਿਕਲ ਜਾਵੇ ਕਲਮੇ ਵਿੱਚ ਲਾ ਇਲਾਹਾ ਇਲਾਲਾ ਮੁਹੰਮਦ ਰਸੂਲ ਇਲਾ ਇਹ ਪੜਿਆ ਜਾਂਦਾ ਹੈ ਤੇ ਕਲਮਾ ਸੁਣਨ ਤੋਂ ਬਾਅਦ ਕਰੋਨਾ ਦੀ ਮਰੀਜ਼ ਮੁਸਲਿਮ ਔਰਤ ਨੇ ਲੰਬਾ ਸਾਹ ਲਿਆ ਤੇ ਅਕਾਲ ਚਲਾਣਾ ਕਰ ਗਈ ਇੰਡੀਅਨ ਐਕਸਪ੍ਰੈਸ ਦੇ ਵਿੱਚ ਇਹ ਰਿਪੋਰਟ ਛਪੀ ਹੈ ਡਾਕਟਰ ਰੇਖਾ ਦਾ ਕਹਿਣਾ ਹੈ ਕਿ ਉਹ ਦੁਬਈ ਦੇ ਵਿੱਚ ਪਲੀ ਹੈ ਮੁਸਲਮਾਨਾਂ ਦੇ ਧਾਰਮਿਕ ਸੰਸਕਾਰਾਂ ਦੀ ਪੂਰੀ ਜਾਣਕਾਰੀ ਹੈ ਤੇ ਖਾੜੀ ਦੇ ਵਿੱਚ ਰਹਿੰਦੇ ਆ ਉਸ ਦੇ ਨਾਲ ਕਦੇ ਮੁਸਲਮਾਨਾਂ ਵੇਤ ਕਰਾ ਨਹੀਂ ਕੀਤਾ ਜੋ ਕੀਤਾ ਉਹ ਖਾੜੀ ਦੇ ਲੋਕਾਂ ਤੋਂ ਮਿਲੇ ਪਿਆਰ ਨੂੰ ਮੋੜਨ ਵਾਸਤੇ ਹੀ ਕੀਤਾ ਇਹ ਵੀ ਸਪਸ਼ਟ ਕੀਤਾ ਕਿ ਮੈਂ ਮਿੱਥ ਕੇ ਅਜਿਹਾ ਨਹੀਂ ਕੀਤਾ ਜੋ ਮੌਕੇ ਤੇ ਅਚਨਚੇਤ ਮੇਰੇ ਮਨ ਦੇ ਵਿੱਚ ਆਇਆ ਮੇਰੇ ਮਨ ਨੇ ਮੈਨੂੰ ਆਵਾਜ਼ ਦਿੱਤੀ ਉਹ ਮੈਂ ਕੀਤਾ ਕਿਉਂਕਿ ਮਰਨ ਵੇਲੇ ਔਰਤ ਔਖ ਮਹਿਸੂਸ ਕਰ ਰਹੀ ਸੀ ਜਦੋਂ ਮੈਂ ਉਹਦੇ ਕੰਨ ਦੇ ਵਿੱਚ ਕਲਮਾ ਪੜ੍ਹ ਸਕਦੀ ਸੀ ਮੈਨੂੰ ਪੜ੍ਹਨਾ ਆਉਣਾ ਸੀ ਤਾਂ ਮੈਂ ਪੜ੍ਹ ਦਿੱਤਾ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਕਰਦੇ ਰਹਾ ਕਰੋ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਹਾ ਕਰੋ ਧੰਨਵਾਦ